ਕਹਿੰਦੇ ਹੋ ਤੁਸੀਂ ਮਿਹਨਤ ਕੀਤੀ, ਕਿਸ ਤਰ੍ਹਾਂ ਜਿਹੜੀ ਮਿਹਨਤ ਕੀਤੀ ਹੈ? ਦਿਨ ਰਾਤ ਪੜ੍ਹਦੇ ਸੀ, ਟੀਚਰ ਦੀ ਗਾਈਡੈਂਸ, ਮੰਮਾ ਪਾਪਾ ਦਾ ਸਪੋਰਟ, ਅਗਰ ਇਹਨਾਂ ਦਾ ਸਪੋਰਟ ਨਾ ਹੋਵੇ ਤਾਂ ਅਸੀਂ ਕੁਛ ਕਰ ਨਹੀਂ ਸਕਦੇ। ਅੱਛਾ ਜੀ, ਅੱਛਾ ਬੱਚੇ ਕੀ ਕੰਮ ਕਰਦੇ ਨੇ ਤੁਹਾਡੇ ਮਾਤਾ ਪਿਤਾ? ਕੀ ਮੰਮਾ ਮੇਰੇ ਹਾਊਸ ਵਾਈਫ ਨੇ ਅਤੇ ਪਾਪਾ ਮੇਰੇ ਪੰਡਿਤ ਨੇ। ਅੱਛਾ, ਕਿੰਨਾ ਕੁ ਟਾਈਮ ਜਿਹੜਾ ਵਾ ਤੁਸੀਂ ਘਰ ਦੇ ਵਿੱਚ ਪੜ੍ਹਦੇ ਸੀ, ਕਿਸ ਤਰ੍ਹਾਂ ਦਾ ਜਿਹੜਾ ਪਰਿਵਾਰ ਵੱਲੋਂ ਸਹਿਯੋਗ? ਪਰਿਵਾਰ ਦੇ ਵਿੱਚ ਕੌਣ ਕੌਣ ਕੀ ਕੰਮ ਕਰਦੇ ਨੇ ਮਾਤਾ ਪਿਤਾ? ਅੱਛਾ, ਟਿਊਸ਼ਨ ਵੀ ਪੜ੍ਹਦੇ ਸੀ? ਟਿਊਸ਼ਨ ਨਹੀਂ ਪੜ੍ਹਦੇ, ਆਪਣੇ ਆਪ ਹੀ ਮਿਹਨਤ ਕੀਤੀ ਹੈ। ਘਰ 'ਚ ਕਿਵੇਂ ਮਿਹਨਤ ਕਰਵਾਉਂਦੇ ਸੀ ਮਾਂ ਬਾਪ, ਜਾਂ ਸਕੂਲ ਦੇ ਵਿੱਚ ਕਿੰਨਾ ਕੁ ਟਾਈਮ ਜਿਹੜਾ ਕਿਸ ਤਰ੍ਹਾਂ ਪੜ੍ਹਾਇਆ ਜਾਂਦਾ? ਹੌਸਲਾ ਬਣਾਉਂਦੇ ਸੀ, ਮਤਲਬ ਕੋਈ ਪ੍ਰੈਸ਼ਰ ਨਹੀਂ ਸੀਗਾ ਮੇਰੇ। ਪਾਪਾ ਦਾ ਇੱਕ ਬਿਜ਼ਨਸ ਹੈ, ਉਹਨਾਂ ਦਾ ਸ਼ੌਪ ਹੈ। ਕਿੰਨੇ ਘੰਟੇ ਪੜ੍ਹਾਈ ਬੈਠੇ ਕਰਦੇ? ਕਾਫੀ ਮਿਹਨਤ ਹੁੰਦੀ ਹੈਗੀ, ਕਿਵੇਂ ਰਹਿੰਦਾ ਦਿਨ ਚੜ੍ਹਿਆ ਕਿਵੇਂ ਹੁੰਦੀ ਤੁਹਾਡੀ? ਬਸ 5 ਵਜੇ ਉੱਠ ਕੇ ਫਿਰ ਥੋੜ੍ਹਾ ਜਿਹਾ ਪੜ੍ਹਦੇ ਸੀ, ਫਿਰ ਸਕੂਲ ਆ ਕੇ। ਟੀਚਰਾਂ ਦਾ ਕਿੱਦਾਂ ਦਾ ਸਹਿਯੋਗ ਰਿਹਾ? ਬਹੁਤ ਜ਼ਿਆਦਾ, ਉਹਨਾਂ ਦੇ ਵਜ੍ਹਾ ਤੋਂ ਤਾਂ ਆਏ ਤੇ ਕੀ ਬਣਨਾ ਅੱਗੇ ਜਾ ਕੇ ਕੀ ਬਣਨਾ ਸੀ? ਕਿਹੜਾ ਸਬਜੈਕਟ? ਡਾਕਟਰ ਸਰਜਨ। ਮੈਂ ਦਾਨਿਸ਼ ਗਰੇਵਾਲ ਹਾਂ ਜੀ, ਤੇਜਾ ਸਿੰਘ ਸਕੂਲ 'ਚੋਂ ਡਾਇਰੈਕਟਰ। ਅਤੇ ਮੇਰੇ ਕੋਲ ਇਸ ਟਾਈਮ ਮੌਜੂਦ ਨੇ ਸਾਡੇ ਟੋਪਰਸ, ਜਿਨ੍ਹਾਂ ਨੇ ਪੰਜਾਬ ਦੇ ਵਿੱਚ ਟੋਪ ਕੀਤਾ। ਸਾਡਾ ਬੱਚਾ ਫਸਟ ਆਇਆ ਅਦਿਤੀ, ਅਤੇ ਬੱਚਾ ਜਿਹੜੀ ਸੈਕਿੰਡ ਆਈ ਆ ਆਈਸ਼ਾ, ਹੈ ਅਲੀਸ਼ਾ, ਸੋਰੀ ਅਲੀਸ਼ਾ, ਮੈਂ ਮਿਸਪੈਲ ਕਰ ਗਿਆ। ਅਲੀਸ਼ਾ ਸੈਕਿੰਡ ਅਤੇ ਅਦਿਤੀ ਫਸਟ। ਸਾਨੂੰ ਅੱਜ ਦਾ ਦਿਨ ਬਹੁਤ ਖੁਸ਼ੀ ਹੈ ਜੀ। ਮਿਹਨਤਾਂ ਜਿਹੜੀਆਂ ਨੇ ਬੱਚਿਆਂ ਦੀਆਂ ਪੂਰੀਆਂ ਰੰਗ ਲਾਈਆਂ ਨੇ, ਅਤੇ ਇਹਨਾਂ ਨੇ ਪੰਜਾਬ ਦੇ ਵਿੱਚ ਪੁਜੀਸ਼ਨਾਂ ਕਾਇਮ ਕਰਕੇ ਸਾਡਾ ਮਾਣ ਹੋਰ ਵਧਾਇਆ ਅਤੇ ਆਪਣੇ ਘਰਦਿਆਂ ਦਾ। ਸਰ, ਕਾਫੀ ਮਿਹਨਤ ਰਹਿੰਦੀ ਹੈ, ਇਹ ਤਾਂ ਅਸੀਂ ਕਹਾਂਗੇ ਜੀ ਵੀ ਪਰਮਾਤਮਾ ਦਾ ਆਸ਼ੀਰਵਾਦ ਆ ਸਾਡੇ ਸਿਰ 'ਤੇ, ਵੀ ਜਿਹੜਾ ਇਹ ਸਾਨੂੰ ਮੌਕਾ ਉਸਨੇ ਸੱਚੇ ਵਾਹਿਗੁਰੂ ਨੇ ਦਿੱਤਾ ਵਾ, ਵੀ ਜਿਹਨਾਂ ਕਰਕੇ ਅਸੀਂ ਜਿਹੜੇ ਹੈਗੇ ਆ ਫਸਟ ਆ ਰਹੇ ਹਾਂ, ਸੈਕਿੰਡ ਆ ਰਹੇ ਹਾਂ। ਇਹ ਸਭ ਕੁਛ ਜੇ ਉਹਦੀ ਰਹਿਮਤ ਨਾ ਹੋਵੇ ਤਾਂ ਉਸ ਤੋਂ ਬਿਨਾਂ ਜਿਹੜਾ ਹੈਗਾ ਪੋਸੀਬਲ ਨਹੀਂ ਆ। ਓਬਵੀਅਸਲੀ ਬੱਚਿਆਂ ਦੀ ਮਿਹਨਤ ਆ, ਬਹੁਤ ਜ਼ਿਆਦਾ ਮਿਹਨਤ ਆ, ਦਿਨ ਰਾਤ ਦੀ ਮਿਹਨਤ ਆ, ਬੱਚਿਆਂ ਦੀ ਪੇਰੈਂਟਸ ਦੀ ਡੈਡੀਕੇਸ਼ਨਾਂ ਨਾਲ, ਕਿਉਂਕਿ ਇੱਦਾਂ ਦੀਆਂ ਪੁਜੀਸ਼ਨਾਂ ਜਿਹੜੀਆਂ ਨੇ ਇਹ ਬਾਏ ਲੱਕ ਸਿਰਫ ਨਹੀਂ ਆਉਂਦੀਆਂ, ਹਾਰਡ ਵਰਕ ਨਾਲ ਬਹੁਤ ਜ਼ਰੂਰੀ ਹੁੰਦਾ।
ਨੰਬਰ ਮੇਰੇ ਕੋਲ ਇਸ ਟਾਈਮ ਐਗਜ਼ੈਕਟ ਨਹੀਂ ਮੈਨੂੰ ਪਤਾ ਜੀ, ਮੈਂ ਤੁਹਾਨੂੰ ਦੱਸ ਦਿੰਦਾ। ਵਾਹ ਜੀ ਵਾਹ, ਵਾਹ ਜੀ ਵਾਹ, ਇੱਕ 100% ਜੀ ਅਤੇ ਹਾਂਜੀ ਹਾਂਜੀ ਜੀ, ਪੂਰੇ ਪੰਜਾਬ 'ਚ ਜੀ, ਪੂਰੇ ਪੰਜਾਬ, ਪੂਰੀ ਸਟੇਟ ਦੇ ਵਿੱਚ ਪੁਜੀਸ਼ਨਾਂ ਹਾਸਲ ਕੀਤੀਆਂ ਨੇ, ਫਸਟ ਐਂਡ ਸੈਕਿੰਡ ਪੁਜੀਸ਼ਨ ਪੂਰੀ ਸਟੇਟ ਦੇ ਵਿੱਚ। ਖੁਸ਼ੀ ਦਾ ਮਾਹੌਲ ਪੂਰਾ ਜ਼ਿਆਦਾ ਹੈ ਜੀ, ਬਹੁਤ ਜ਼ਿਆਦਾ ਖੁਸ਼ੀਆਂ ਬੜੇ ਸਾਨੂੰ ਜਿਹੜੀਆਂ ਨਸੀਬ ਹੋਈਆਂ ਨੇ, ਵੀ ਆਰ ਥੈਂਕਫੁਲ ਜਿਹੜਾ ਹੈਗਾ ਪਰਮਾਤਮਾ ਦੇ, ਬਹੁਤ ਬਹੁਤ ਅਸੀਂ ਮਿਹਰਬਾਨੀ ਫਿਰ ਵਾਰ ਵਾਰ ਕਹਾਂਗੇ, ਕਿਉਂਕਿ ਉਹਨਾਂ ਤੋਂ ਬਿਨਾਂ ਇਹ ਪੋਸੀਬਲ ਨਹੀਂ ਸੀਗਾ, ਸਾਡੇ ਟੀਚਰਸ ਦੀ ਮਿਹਨਤ ਤੇ ਬੱਚਿਆਂ ਦੀ ਲਗਨ ਜਿਹੜੀ ਆ ਇਸ ਚੀਜ਼ ਨੂੰ ਪੋਸੀਬਲ ਕਰ ਸਕੀ। ਦੇਸ਼ ਦੁਨੀਆ ਕੀ ਹਰ ਖਬਰ ਸਬਸੇ ਪਹਿਲੇ ਦੇਖਨੇ ਕੇ ਲੀਏ ਫਾਲੋ ਕਰੇ ਦੈਨਿਕ ਸਵੇਰਾ ਟੀਵੀ ਯੂਟਿਊਬ ਫੇਸਬੁੱਕ ਇੰਸਟਾਗ੍ਰਾਮ ਐਕਸ ਔਰ ਵਟਸਐਪ ਚੈਨਲ ਪਰ।